ਜਾਣਕਾਰੀ ਹੈ ਬੱਸ ਕਦੋਂ ਆਏਗੀ, ਕੋਈ ਰੂਟ ਹੈ ਬੱਸ ਦਾ? ਕਹਿੰਦੇ ਨਹੀਂ ਆਉਣੀ, ਨਹੀਂ ਆਉਣੀ, ਨਹੀਂ ਆਉਣੀ। ਜਾਂ ਤਾਂ ਬਿਲਕੁਲ ਬੰਦ ਕਰ ਦੇਣ ਬੱਸਾਂ, ਜਾਂ ਫਿਰ ਮਤਲਬ ਘੰਟੇ ਘੰਟੇ ਬਾਅਦ ਚਲਾਉਣ। ਅਸੀਂ ਪਟਿਆਲੇ ਜਾਣਾ ਬੇਟਾ, ਬੈਠੇ ਆ ਦੋ ਤਿੰਨ ਘੰਟੇ ਹੋ ਗਏ। ਕੋਰੋਨਾ ਵਾਇਰਸ ਨੂੰ ਲੈ ਕੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ, ਲੋਕਾਂ ਵਿੱਚ ਦਹਿਸ਼ਤ ਆਮ ਬਣੀ ਹੋਈ ਹੈ, ਉੱਥੇ ਅਫਵਾਹਾਂ ਦਾ ਦੌਰ ਵੀ ਜਾਰੀ ਹੈ। ਸਰਕਾਰਾਂ ਆਪਣੇ ਤੌਰ 'ਤੇ ਯੋਗ ਪ੍ਰਬੰਧਾਂ ਦਾ ਹਵਾਲਾ ਦੇ ਰਹੀਆਂ ਹਨ, ਸਖਤੀ ਵੀ ਕੀਤੀ ਜਾ ਰਹੀ ਹੈ। ਅੱਜ ਅਸੀਂ ਖੜ੍ਹੇ ਹਾਂ ਲੁਧਿਆਣਾ ਦੇ ਬੱਸ ਸਟੈਂਡ, ਇਹ ਉਹ ਬੱਸ ਸਟੈਂਡ ਆ ਜਿੱਥੇ ਹਰ ਸਮੇਂ ਚਹਿਲ ਪਹਿਲ ਰਹਿੰਦੀ ਸੀ, ਬੱਸਾਂ ਦੇ ਹੌਰਨ ਅਤੇ ਆਉਣ ਜਾਣ ਵਾਲਿਆਂ ਦਾ ਇੱਥੇ ਰਸ਼ ਰਹਿੰਦਾ ਸੀ। ਅੱਜ ਤੁਸੀਂ ਦੇਖਣਾ ਹੋਏਗਾ, ਕੋਈ ਬੱਸ ਨਜ਼ਰ ਨਹੀਂ ਆ ਰਹੀ ਅਤੇ ਲੋਕ ਵੀ ਇੱਥੇ ਬਹੁਤ ਹੀ ਘੱਟ ਤਾਦਾਦ ਦੇ ਵਿੱਚ ਹਨ, ਪਰ ਇੱਥੇ ਕਈ ਯਾਤਰੂ ਫਸੇ ਵੀ ਹੋਏ ਹਨ। ਇਸ ਨਾਲ ਤੁਹਾਨੂੰ ਅਸੀਂ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਹਾਂ, ਸਰਕਾਰ ਵੱਲੋਂ ਬੀਤੇ ਦਿਨੀ ਸਾਰੀਆਂ ਹੀ ਬੱਸਾਂ ਅਤੇ ਟਰਾਂਸਪੋਰਟ ਜਿਹੜੇ ਪਬਲਿਕ ਟਰਾਂਸਪੋਰਟ ਨੇ ਉਹਨਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਸੀ। ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਦਿਖਾਉਣ ਦੀ, ਕਰਨ ਮੜੀ ਖੇਚਲ, ਵੀ ਕੁਛ ਕੁ ਬੱਸਾਂ ਹੈਗੀਆਂ ਜਿਹੜੀਆਂ ਹਲੇ ਵੀ ਚੱਲ ਰਹੀਆਂ ਨੇ, ਸਰਕਾਰੀ ਬੱਸਾਂ ਕੁਛ ਕੁ ਸੀਮਿਤ ਰੂਟਾਂ 'ਤੇ ਚੱਲ ਰਹੀਆਂ ਨੇ, ਜਿਸ ਬਾਰੇ ਹਾਲੇ ਕੋਲ ਸਾਡੇ ਕੋਲ ਪੂਰੀ ਜਾਣਕਾਰੀ ਨਹੀਂ। ਇਹਦੇ ਬਾਰੇ ਅਸੀਂ ਆਲਾ ਅਧਿਕਾਰੀਆਂ ਨਾਲ ਗੱਲ ਕਰਾਂਗੇ, ਪਰ ਜੇਕਰ ਗੱਲ ਮੌਜੂਦਾ ਹਾਲਾਤਾਂ ਦੀ ਕੀਤੀ ਜਾਵੇ ਤਾਂ ਮੌਜੂਦਾ ਹਾਲਾਤ ਇਹ ਨੇ, ਆਵਾਜਾਈ ਦੇ ਜਿਹੜੇ ਸਾਧਨ ਉਹ ਬੰਦ ਕਰਨ ਨਾਲ ਜਿਹੜਾ ਜਨਜੀਵਨ ਆ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਲੋਕਾਂ ਨੂੰ ਇੱਕ ਜਗ੍ਹਾ ਔਰ ਦੂਜੀ ਜਗ੍ਹਾ ਜਾਣ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਅਸੀਂ ਇੱਥੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕਿੱਥੇ ਜਾਣਾ ਸੀ, ਕੀ ਉਹਨਾਂ ਦਾ ਰੂਟ ਸੀ, ਕੀ ਉਹਨਾਂ ਦੀ ਗੱਲਬਾਤ ਸੀ। ਮਾਤਾ ਜੀ ਸਤਿ ਸ਼੍ਰੀ ਅਕਾਲ ਜੀ। ਮਾਤਾ ਜੀ ਕਿੱਥੇ ਜਾਣਾ ਜੀ ਤੁਸੀਂ ਜੀ? ਅਸੀਂ ਪਟਿਆਲੇ ਜਾਣਾ ਬੇਟਾ, ਬੈਠੇ ਆ ਦੋ ਤਿੰਨ ਘੰਟੇ ਹੋ ਗਏ। ਤਿੰਨ ਘੰਟੇ ਹੋ ਗਏ? ਤੁਸੀਂ ਇੱਥੇ ਲੁਧਿਆਣੇ ਕਿਸ ਕੰਮ ਵਾਸਤੇ ਆਏ ਸੀਗੇ? ਇੱਥੋਂ ਬੱਸ ਲੈਣੀ ਸੀ ਬੇਟਾ। ਅੱਛਾ, ਕਦੋਂ ਦੇ ਬੈਠੇ ਹੋ ਤੁਸੀਂ ਇੱਥੇ? ਘੰਟੇ ਹੋ ਗਏ। ਅਤੇ ਕੋਈ ਜਾਣਕਾਰੀ ਹੈ ਬੱਸ ਕਦੋਂ ਆਏਗੀ, ਕੋਈ ਰੂਟ ਹੈ ਬੱਸ ਦਾ? ਕਹਿੰਦੇ ਨਹੀਂ ਆਉਣੀ, ਨਹੀਂ ਆਉਣੀ, ਨਹੀਂ ਆਉਣੀ। ਅਤੇ ਤੁਸੀਂ ਪਟਿਆਲੇ ਰਹਿੰਦੇ ਹੋ ਜਾਂ ਇੱਥੇ ਲੁਧਿਆਣੇ ਰਹਿੰਦੇ ਹੋ? ਪਟਿਆਲੇ ਜਾਣਾ ਤੁਸੀਂ? ਪਟਿਆਲੇ ਜਾਣਾ ਬੇਟਾ। ਅਸੀਂ ਲੁਧਿਆਣੇ ਦੇ ਰਹਿਣੇ, ਤੁਸੀਂ ਵੈਸੇ ਕਿਸੇ ਕੰਮ ਪਟਿਆਲੇ ਜਾਣਾ ਵਾ? ਮੇਰੀ ਬਿਟੀਆ ਪਟਿਆਲੇ ਆ। ਅਸੀਂ ਕਿਸੇ ਹੋਰ ਯਾਤਰੂ ਨਾਲ ਗੱਲ ਕਰਾਂਗੇ। ਸਰ ਕਿੱਥੇ ਜਾਣਾ ਤੁਸੀਂ ਜੀ? ਖੰਨਾ ਜਾਣਾ। ਖੰਨਾ 'ਤੇ ਕਿੰਨੇ ਟਾਈਮ ਤੋਂ ਬੈਠੇ ਤੁਸੀਂ ਇੱਥੇ? ਮੈਂ ਆਧਾ ਘੰਟਾ ਹੋ ਗਿਆ। ਅਤੇ ਕੀ ਸਮੱਸਿਆ ਤੁਹਾਨੂੰ ਕੀ ਆ ਰਹੀ ਹੈ? ਪਤਾ ਜੇ ਬੱਸ ਆਏਗਾ ਬੋਲੇ ਆਧਾ ਘੰਟਾ ਬਾਅਦ ਆ ਜਾਏਗਾ, ਬੈਠੋ ਉਹ ਤੋਂ ਬਾਅਦ ਆ ਸਕ। ਨਹੀਂ, ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰ ਵੱਲੋਂ ਵੀ ਜਿਹੜੀ ਸਖਤੀ ਕੀਤੀ ਗਈ ਹੈ ਸਹੀ ਹੈ, ਕੋਈ ਹੋਰ ਸਾਧਨ ਹੋ ਸਕਦਾ? ਕਿਵੇਂ ਤੁਸੀਂ ਇਸ ਦੇਖਦੇ ਹੋ, ਪ੍ਰੋਬਲਮ ਤਾਂ ਤੁਹਾਨੂੰ ਆ ਰਹੀ ਹੈ ਨਾ? ਪ੍ਰੋਬਲਮ ਤਾਂ ਆ ਰਿਹਾ ਜਾਣੇ ਕੇ ਲਈ ਬਸ, ਔਰ ਕੁਛ ਤਾਂ ਨਹੀਂ। ਆਪ ਖੰਨਾ ਕੇ ਰਹਿਣੇ ਵਾਲੇ ਹੋ? ਹਾਂ ਜੀ, ਖੰਨੇ ਜੀ ਜੋਬ ਕਰਤੇ ਲੁਧਿਆਣੇ ਮੈਂ। ਅੱਛਾ, ਲੁਧਿਆਣਾ ਜੋਬ ਕਰਦੇ ਹੋ ਤੁਸੀਂ? ਦੇਖੋ ਜੀ, ਇਹਨੇ ਖੰਨੇ ਲੁਧਿਆਣੇ ਜੋਬ ਕਰਦੇ ਨੇ, ਇਹਨਾਂ ਨੇ ਖੰਨੇ ਵਾਪਸ ਜਾਣਾ, ਹਾਲ ਤੱਕ ਇਹਨਾਂ ਨੂੰ ਕੋਈ ਬੱਸ ਨਹੀਂ ਮਿਲ ਰਹੀ। ਅਸੀਂ ਇੱਥੇ ਹੋਰ ਵੀ ਯਾਤਰੂ ਖੜ੍ਹੇ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ। ਆਓ ਜੀ। ਹਾਂਜੀ ਸਰ, ਕਿੱਥੇ ਜਾਣਾ ਤੁਸੀਂ ਜੀ? ਜਲੰਧਰ ਜੀ। ਜਲੰਧਰ ਜਾਣਾ? ਕਿੰਨੇ ਟਾਈਮ ਤੋਂ ਇੱਥੇ ਬੈਠੇ ਹੋ? ਕਿੰਨੇ ਟਾਈਮ ਤੋਂ ਬੈਠੇ ਜੀ? ਦੋ ਘੰਟੇ ਤੋਂ। ਅਤੇ ਪਰੇਸ਼ਾਨੀ ਤਾਂ ਹੈ ਜੀ, ਪਰ ਤੁਹਾਨੂੰ ਵੀ ਲੱਗਦਾ ਨਹੀਂ ਕਿਤੇ ਨਾ ਕਿਤੇ ਕੋਰੋਨਾ ਵਾਇਰਸ ਦੇ ਚੱਲਦਿਆਂ ਜਿਹੜੀ ਸਖਤੀ ਕੀਤੀ ਗਈ ਹੈ ਸਹੀ ਹੈਗੀ ਹੈ? ਠੀਕ ਹੈ, ਪਰ ਜਾਂ ਤਾਂ ਬਿਲਕੁਲ ਬੰਦ ਕਰ ਦੇਣ ਬੱਸਾਂ, ਜਾਂ ਫਿਰ ਮਤਲਬ ਘੰਟੇ ਘੰਟੇ ਬਾਅਦ ਚਲਾਉਣ। ਮਤਲਬ ਕੋਈ ਨਾ ਕੋਈ ਪ੍ਰੋਵੀਜ਼ਨ ਚਾਹੀਦੀ ਹੈ ਵੀ ਬੰਦਾ ਇੱਕ ਆਪਣੇ ਘਰ ਪਹੁੰਚ ਸਕੇ। ਮਤਲਬ ਕਿ ਹਾਲ ਤੱਕ ਤੁਹਾਨੂੰ ਕੋਈ ਉਹ ਮਿਲਿਆ ਨਹੀਂ ਭਰੋਸਾ, ਕੋਈ ਹਜੇ ਜਾਣਕਾਰੀ ਦੀ ਬੱਸ ਚੱਲੇਗੀ ਜਾਂ ਨਹੀਂ ਚੱਲੇਗੀ? ਕੋਈ ਜਾਣਕਾਰੀ ਨਹੀਂ ਮਿਲੀ। ਇਹ ਸਨ, ਇਹਨਾਂ ਨੇ ਜਲੰਧਰ ਜਾਣਾ ਸੀ ਅਤੇ ਕਹਿੰਦੇ ਕਾਫੀ ਟਾਈਮ ਤੋਂ ਮੈਂ ਇੱਥੇ ਬੈਠਾ ਵਾਂ ਅਤੇ ਹਲੇ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਇਹਨਾਂ ਨੂੰ ਬੱਸ ਕਦੋਂ ਆਏਗੀ ਕਦੋਂ ਨਹੀਂ ਆਏਗੀ। ਅਤੇ ਇਸ ਤੋਂ ਨਾਲ ਅਸੀਂ ਇੱਥੋਂ ਜਿਹੜੇ ਆਲਾ ਅਧਿਕਾਰੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ।
ਪੰਜਾਬ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਜਿਹੜੇ ਬੱਸਾਂ ਬੰਦ ਕੀਤੀਆਂ ਗਈਆਂ ਨੇ, ਕੁਛ ਕੁ ਰੂਟ 'ਤੇ ਸਰਕਾਰੀ ਬੱਸਾਂ ਚੱਲ ਰਹੀਆਂ ਨੇ। ਸਾਡੇ ਨਾਲ ਨੇ ਪੰਜਾਬ ਰੋਡਵੇਜ਼ ਦੇ ਟ੍ਰੈਫਿਕ ਮੈਨੇਜਰ ਨੇ ਸੁਖਜੀਤ ਸਿੰਘ ਜੀ, ਉਹਨਾਂ ਨਾਲ ਅਸੀਂ ਗੱਲ ਕਰਾਂਗੇ ਵੀ ਕਿਹੜੀਆਂ ਕਿਹੜੀਆਂ ਬੱਸਾਂ ਚੱਲ ਰਹੀਆਂ, ਕਿਹੜੇ ਰੂਟ 'ਤੇ ਬੱਸਾਂ ਚੱਲ ਰਹੀਆਂ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਾਈਮ ਮੁੱਦੇ 'ਤੇ ਜੀ। ਥੈਂਕ ਯੂ ਸਰ। ਕਈ ਬੱਸਾਂ ਬੰਦ ਕੀਤੀ, ਸਾਰੀਆਂ ਬੱਸਾਂ ਟੋਟਲੀ ਬੰਦ ਕੀਤੀਆਂ ਗਈਆਂ, ਦੇਖਣ ਜਾ ਰਿਹਾ ਕਈ ਸਰਕਾਰੀ ਬੱਸਾਂ ਚੱਲ ਰਹੀਆਂ ਨੇ, ਕਿਹੜੇ ਕਿਹੜੇ ਰੂਟ 'ਤੇ ਬੱਸਾਂ ਚੱਲ ਰਹੀਆਂ, ਜਾਣਕਾਰੀ ਦੇਣ ਦੀ ਕਿਰਪਾ। ਜਿਹੜੇ ਅਹਿਮ ਰੂਟ ਨੇ ਜਿੱਥੋਂ ਸਵਾਰੀ ਦਾ ਸਰਦਾ ਨਹੀਂ, ਲਾਈਕ ਚੰਡੀਗੜ੍ਹ, ਅੰਬਾਲਾ, ਫਾਜ਼ਿਲਕਾ, ਬਠਿੰਡਾ, ਅੰਮ੍ਰਿਤਸਰ ਸਾਹਿਬ, ਜਲੰਧਰ, ਇਸ ਰੂਟ 'ਤੇ ਸਾਰੇ ਰੂਟ ਗੱਡੀਆਂ ਗਈਆਂ ਨੇ। ਕੋਈ ਟਾਈਮਿੰਗ ਵੀ ਹੈਗੀ ਜੀ ਇਹਨਾਂ ਦੀ? ਹਾਂ, ਉਹ ਸ਼ਡਿਊਲ ਟਾਈਮ 'ਤੇ ਚੱਲ ਰਹੇ ਆ, ਉੱਤੋਂ ਅਸੀਂ ਆਪ ਇਹਨੂੰ ਮੋਨੀਟਰ ਕਰ ਰਹੇ ਹਾਂ। ਜੇ ਜ਼ਿਆਦਾ ਸਵਾਰੀ ਆਉਂਦੀ ਹੈ, ਕੋਈ ਸਾਨੂੰ 20 ਦੇ ਸਵਾਰੀਆਂ ਕਰੀਬ ਆਉਂਦੀਆਂ ਨੇ, ਤਾਂ ਅਸੀਂ ਇਮੀਡੀਏਟਲੀ ਉੱਥੇ ਬੱਸ ਭੇਜ ਦਿੰਦੇ ਮੌਕੇ 'ਤੇ ਬੱਸ ਅਰੇਂਜ ਕਰਵਾ ਦਿੰਦੇ ਸਵਾਰੀਆਂ ਦੇ ਅਕੋਰਡਿੰਗ। ਬਿਲਕੁਲ ਬਿਲਕੁਲ। ਕਿਤਨੇ ਕਿਤੇ ਪਰੇਸ਼ਾਨੀ ਤਾਂ ਲੋਕਾਂ ਨੂੰ ਆਈ ਰਹੀ ਨੇ ਇਹਦੇ ਬਾਰੇ ਜੀ? ਨਹੀਂ, ਇੱਥੋਂ ਬੱਸ ਸਟੈਂਡ ਤੋਂ ਤਾਂ ਅਸੀਂ ਕੋਈ ਪਰੇਸ਼ਾਨੀ ਨਹੀਂ ਆਉਣ, ਜਿੰਨੇ ਵੀ ਸਵਾਰੀ ਆਉਂਦੀ ਹੈ ਜਾਂਦੀ ਆ ਉਹ ਬੱਸ 'ਚ ਬਹਿ ਕੇ। ਦਿੱਲੀ ਦੀਆਂ ਸਵਾਰੀਆਂ ਵੀ ਦੇਖਣ, ਦਿੱਲੀ ਦੀਆਂ ਸਵਾਰੀਆਂ, ਅੰਬਾਲੇ ਦੀਆਂ ਸਵਾਰੀਆਂ ਬੈਠੋ, ਉਹਨਾਂ ਵੀ ਕੋਈ ਰੂਟ ਹੈਗਾ ਜੀ? ਨਹੀਂ, ਇੰਟਰ ਸਟੇਟ ਸਾਡਾ ਬੰਦਾ ਸੀ, ਉਹਨਾਂ ਨੂੰ ਅੰਬਾਲੇ ਤੱਕ ਛੱਡਾਂਗੇ, ਅੰਬਾਲੇ ਤੋਂ ਹਰਿਆਣਾ ਦੀ ਸਰਵਿਸ 'ਚ ਜਾਣਗੇ। ਇਹ ਸਨ ਪੰਜਾਬ ਰੋਡ ਵਾਲੇ ਟ੍ਰੈਫਿਕ ਮੈਨੇਜਰ, ਜਿਨ੍ਹਾਂ ਦਾ ਕਹਿਣਾ ਹੈ ਜਿਹੜੇ ਵਿਸ਼ੇਸ਼ ਰੂਟ ਨੇ ਪੰਜਾਬ ਦੇ ਇੰਟਰ ਸਟੇਟ ਜਿਹੜੇ ਰੂਟ ਨੇ ਉਹਨਾਂ 'ਤੇ ਬੱਸਾਂ ਚਲਾਈਆਂ ਗਈਆਂ ਨੇ, ਜਿਨ੍ਹਾਂ ਦਾ ਟਾਈਮ ਸੀਮਤ ਕੀਤਾ ਗਿਆ ਵਾ। ਪਰ ਇਹਨਾਂ ਨਾਲ ਇਹ ਵੀ ਕਿਹਾ ਵਾ ਵੀ ਜਿੱਥੇ ਕੋਈ ਜ਼ਿਆਦਾ ਸਵਾਰੀ ਆਉਂਦੀ ਆ, ਮੰਨ ਲਓ 20 ਸਵਾਰੀਆਂ ਵੀ ਆਉਂਦੀਆਂ, ਤਾਂ ਮੌਕੇ 'ਤੇ ਇਹ ਬੱਸ ਨੂੰ ਭੇਜਣਗੇ, ਅਰੇਂਜ ਕਰਨਗੇ ਉਹਦਾ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਦੇ ਨਾਲ, ਪ੍ਰਾਈਮ ਉਦੇ ਨਿਊਜ਼।